ਪਾਤਸ਼ਾਹੀ 10ਵੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਗੁਰਦੁਆਰਾ ਨਵੀਨ ਸਿੰਘ ਸਭਾ ਮਾਲ ਰੋਡ ਤੋਂ ਸਜਾਇਆ ਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਪੰਜ ਪਿਆਰਿਆਂ ਦੀ ਅਗਵਾਈ ਵਾਲੇ ਇਸ ਨਗਰ ਕੀਰਤਨ ਦਾ ਸ਼ਰਧਾਲੂਆਂ ਨੇ ਸ਼ਰਧਾ ਤੇ ਉਤਸ਼ਾਹ ਨਾਲ ਫੁੱਲਾਂ ਦੀ ਵਰਖਾ ਕਰ ਸਵਾਗਤ ਕੀਤਾ। ਹਾਜ਼ਰੀ ਲਗਾ ਰਹੇ ਸਕੂਲੀ ਬੱਚਿਆਂ, ਬੈਂਡ ਪਾਰਟੀਆਂ ਵੱਲੋਂ ਛੈਣਿਆ ਧਾਰਮਿਕ ਧੁਨਾਂ ਨੇ ਸਾਰਾ ਮਾਹੌਲ ਧਾਰਮਿਕ ਰੰਗਾਂ ਚ ਰੰਗੀ ਰੱਖਿਆ। ਵੱਖ ਵੱਖ ਗੱਤਕਾ ਅਖਾੜਿਆਂ ਵੱਲੋਂ ਗੱਤਕੇ ਦੇ ਜੌਹਰ ਦਿਖਾਏ ਗਏ। ਹਰ ਬਾਜ਼ਾਰ ਦੀ ਬਣੀ ਸ਼ਾਪਕੀਪਰ ਐਸੋਸੀਏਸ਼ਨ ਵੱਲੋਂ ਚਾਹ ਤੇ ਹੋਰ ਚੀਜ਼ਾਂ ਦੇ ਲੰਗਰ ਲਗਾ ਕੇ ਆਪਣੀ ਹਾਜ਼ਰੀ ਲਗਵਾਈ ਗਈ। ਨਗਰ ਕੀਰਤਨ ਦੀ ਸਮਾਪਤੀ ਵਾਪਸ ਗੁਰਦੁਆਰਾ ਸ੍ਰੀ ਸਿੰਘ ਸਭਾ ਮਾਲ ਰੋਡ ਵਿਖੇ ਹੀ ਹੋਈ। ਨਗਰ ਕੀਰਤਨ ਖਾਲਸਾ ਪੰਥ ਦੇ ਸਿਰਜਣਹਾਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 350 ਸਾਲਾ ਜਨਮ ਦਿਹਾੜੇ ਦੇ ਖੁਸ਼ੀ ਦੇ ਵਿੱਚ ਕੱਢਿਆ ਜਾ ਰਿਹਾ ਜੀ। ਇਸ ਨਗਰ ਕੀਰਤਨ ਦੇ ਵਿੱਚ ਸੰਗਤਾਂ ਵੱਲੋਂ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ ਹੈ ਅਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਇਸ ਨੂੰ ਨਾਲ ਲੈ ਕੇ ਚੱਲਿਆ ਜਾ ਰਿਹਾ। ਇਹ ਨਗਰ ਕੀਰਤਨ ਸਿੰਘ ਸਭਾ ਦੁਆਰਾ ਚੌਂਕ ਤੋਂ ਚੱਲ ਕੇ ਅਤੇ ਵਾਪਸੀ ਫਿਰ ਇੱਥੇ ਸਮਾਪਤੀ ਹੋਵੇਗੀ। ਆਪ ਸਭ ਸੰਗਤਾਂ ਨੂੰ ਜਿਹੜੇ ਵੀ ਨੇੜੇ ਤੇੜੇ ਇਸ ਨਿਊਜ਼ ਰਾਹੀਂ ਸੁਣੋਗੇ, ਇਸ ਨਗਰ ਕੀਰਤਨ ਦੇ ਦਰਸ਼ਨ ਕਰਕੇ ਆਪਦਾ ਸਫਲ ਜਨਮ ਕਰੋ। ਪਟਿਆਲਾ ਤੋਂ SMR ਨਿਊਜ਼ ਲਈ ਬਲਜੀਤ ਸਰਮਾ ਦੀ ਰਿਪੋਰਟ।